ਸਵਾਗਤ ਹੈ ਦੋਸਤੋ ਤੁਹਾਡੇ ਆਪਣੇ ਚੈਨਲ ਪੰਜਾਬ ਫੈਕਟ ਦੇ ਵਿੱਚ। ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਸੁਰਜੀਤ ਦੀ ਜ਼ਿੰਦਗੀ ਦੇ ਭਾਗ ਚੌਥੇ ਬਾਰੇ। ਸੋ ਭਾਗ ਤੀਜੇ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਦਲਬੀਰ ਹੁੰਦਾ ਹੈ ਉਹ ਜਸਵੰਤ ਕੋਲ ਜਾਂਦਾ ਆਪਣੇ ਰਿਸ਼ਤੇਦਾਰ ਕੋਲ, ਪਰ ਉੱਥੇ ਰਾਤ ਨੂੰ ਖਾੜਕੂ ਹਮਲਾ ਕਰ ਦਿੰਦੇ ਨੇ ਅਤੇ ਜਸਵੰਤ ਮਾਰਿਆ ਜਾਂਦਾ ਹੈ। ਇਸ ਤੋਂ ਬਾਅਦ ਕੀ ਹੁੰਦਾ ਉਹ ਦੱਸਾਂਗੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਇਹਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਬੈਲ ਦਾ ਆਈਕਨ ਵੀ ਦੱਬ ਦੇਣਾ। ਕਹਿੰਦੇ ਵੀ ਇੱਕ ਡਿਪਟੀ ਇੰਸਪੈਕਟਰ ਜਰਨਲ ਦੀ ਅਗਵਾਈ ਵਿੱਚ ਸਾਂਝੀ ਪੁਲਿਸ ਫੋਰਸ ਪਿੰਡ ਆਣ ਪੁੱਜੀ। ਉਹ ਇੱਕ ਕਾਫਲੇ ਦੇ ਰੂਪ ਵਿੱਚ ਤਰਨ ਤਾਰਨ ਅਤੇ ਅੰਮ੍ਰਿਤਸਰ ਤੋਂ ਆਏ ਸਨ। ਥੋੜ੍ਹੀ ਦੇਰ ਬਾਅਦ ਆਈ ਜੀ ਪੁਲਿਸ ਛਤਰਪਾਲ ਸਿੰਘ, ਜੋ ਕਿ ਅਕਸਰ ਅੰਮ੍ਰਿਤਸਰ ਹੀ ਰਹਿੰਦਾ ਸੀ, ਉਹ ਵੀ ਇੱਕ ਹੋਰ ਪੁਲਿਸ ਪਾਰਟੀ ਨਾਲ ਆਣ ਪੁੱਜਿਆ। ਖਾੜਕੂਆਂ ਦਾ ਪਿੱਛਾ ਕਰਨ ਲਈ ਇੱਕ ਪਾਰਟੀਆਂ ਭੇਜੀਆਂ ਗਈਆਂ, ਪਿੰਡਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ। SSP ਓਂਕਾਰ ਸਿੰਘ ਸੈਣੀ ਨੇ ਦਲਬੀਰ ਸਿੰਘ ਡਾਲੇ ਦੇ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ। ਉਸ ਨੂੰ ਕੁੱਟਦਾ ਹੋਇਆ ਬਾਰ ਬਾਰ ਪੁੱਛ ਰਿਹਾ ਸੀ ਕਿ ਉਸਦਾ ਸੰਬੰਧ ਖਾੜਕੂਆਂ ਦੇ ਕਿਸ ਧੜੇ ਨਾਲ ਹੈ। ਦਲਬੀਰ ਨੇ ਆਪਣਾ ਪਛਾਣ ਪੱਤਰ ਦਿਖਾਇਆ, ਪਰ ਸੈਣੀ ਨੇ ਉਸ ਨੂੰ ਉਸ ਕੋਲੋਂ ਖੋਹ ਕੇ ਪਾੜ ਕੇ ਫੀਤਾ ਫੀਤਾ ਕਰ ਸੁੱਟਿਆ। ਤੂੰ ਫੌਜ ਵਿੱਚ ਭਗੌੜਾ ਹੋਇਆ ਹੈ, ਖਾੜਕੂ ਹੈ, ਸੈਣੀ ਚਲਾਇਆ। ਆਪਣੀਆਂ ਰਸਮਾਂ ਪੂਰੀਆਂ ਕਰਕੇ ਪਿੰਡ ਵਿੱਚ ਪੁਲਿਸ ਦੀਆਂ ਦੋ ਚੌਂਕੀਆਂ ਸਥਾਪਿਤ ਕਰਕੇ ਪੁਲਿਸ ਰਾਮਪੁਰਾ ਕਲਾਂ ਤੋਂ ਆਪਣੇ ਆਪਣੇ ਹੈੱਡਕੁਆਰਟਰ ਚਲੀ ਗਈ। ਲਾਗਲੇ ਪਿੰਡਾਂ ਤੋਂ ਉਹਨਾਂ 10 ਹੋਰ ਸ਼ੱਕੀ ਵਿਅਕਤੀਆਂ ਨੂੰ ਚੁੱਕ ਲਿਆ, ਪਰ ਸਭ ਤੋਂ ਜ਼ਿਆਦਾ ਸ਼ੱਕ ਦਾ ਕੇਂਦਰ ਦਲਬੀਰ ਸੀ। ਇੱਕ ਸਿੱਧਾ ਅਜਿਹਾ ਸਿੱਟਾ ਸੀ ਕਿ ਇਹੋ ਜਿਹੇ ਕਤਲੇਆਮ ਤੋਂ ਬਾਅਦ ਉੱਥੇ ਕੋਈ ਵੀ ਮੌਜੂਦ ਸਿੱਖ ਖਾੜਕੂ ਹੀ ਹੋਵੇਗਾ। ਫੜੇ ਗਏ ਸ਼ੱਕੀ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਸ਼ਹਿਰੀ ਵਿਸ਼ਰਾਮ ਘਰ ਵਿੱਚ ਰੱਖਿਆ ਗਿਆ। ਪਹਿਲੇ ਹੀ ਫੜੇ ਗਏ ਕੁਝ ਹਥਿਆਰ ਇੱਕ ਮੇਜ਼ ਉੱਤੇ ਚਿੱਟਾ ਕੱਪੜਾ ਵਿਛਾ ਕੇ ਉਹਨਾਂ ਦੇ ਅੱਗੇ ਰੱਖ ਕੇ ਸਜਾ ਦਿੱਤੇ ਗਏ ਸਨ। ਪੱਤਰਕਾਰਾਂ ਦਾ ਇੱਕ ਟੋਲਾ ਵਿਸ਼ਰਾਮ ਘਰ ਵਿੱਚ ਬੁਲਾ ਲਿਆ ਗਿਆ। ਉਹਨਾਂ ਵਿੱਚੋਂ ਕੁਝ ਸਰਕਾਰੀ ਮੀਡੀਆ ਦੂਰਦਰਸ਼ਨ ਨਾਲ ਸੰਬੰਧਿਤ ਸਨ, ਉਹ ਖੁਸ਼ੀ ਖੁਸ਼ੀ ਤਸਵੀਰਾਂ ਖਿੱਚ ਰਹੇ ਸਨ। VIP ਕਮਰੇ ਵਿੱਚ ਗਵਰਨਰ, ਜੋ ਕਿ ਚੰਡੀਗੜ੍ਹ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਪਹੁੰਚਿਆ ਸੀ, ਪੁਲਿਸ ਅਤੇ ਸਿਵਲ ਅਧਿਕਾਰੀਆਂ ਤੋਂ ਇਲਾਵਾ ਕੇਂਦਰੀ ਖੁਫੀਆ ਜਾਂਚ ਏਜੰਸੀ ਨਾਲ ਸਲਾਹ ਮਸ਼ਵਰੇ ਵਿੱਚ ਰੁੱਝੀਆਂ ਹੋਈਆਂ ਸਨ। ਗਵਰਨਰ ਨੇ ਪੁੱਛਿਆ ਵੀ ਕੀ ਪਿੰਡ ਨੂੰ ਸੀਲ ਕਰ ਦਿੱਤਾ। IG ਨੇ ਹਾਂ ਕਹਿੰਦੇ ਹੋਏ ਸਿਰ ਹਿਲਾਇਆ। ਕਿਸੇ ਵੀ ਬਾਹਰਲੇ ਬੰਦੇ ਨੂੰ, ਕਿਸੇ ਵੀ ਪੱਤਰਕਾਰ ਨੂੰ ਪਿੰਡ ਵਿੱਚ ਨਾ ਜਾਣ ਦਿਓ ਅਤੇ ਕੋਈ ਵੀ ਬੰਦਾ ਪਿੰਡ ਵਿੱਚੋਂ ਬਾਹਰ ਨਹੀਂ ਆਉਣਾ ਚਾਹੀਦਾ। ਮੈਂ ਨਹੀਂ ਚਾਹੁੰਦਾ ਕਿ ਦੁਨੀਆ ਨੂੰ ਪਤਾ ਲੱਗੇ ਵੀ 40 ਤੋਂ ਵੱਧ ਖਾੜਕੂਆਂ ਨੇ ਹਿੰਦੂਆਂ ਦੀ ਬਹੁ ਗਿਣਤੀ ਵਾਲੇ ਇੱਕ ਪਿੰਡ 'ਤੇ ਹਮਲਾ ਕੀਤਾ ਅਤੇ 60 ਤੋਂ ਵੱਧ ਵਿਅਕਤੀ ਨੂੰ ਮਾਰ ਮੁਕਾਇਆ ਅਤੇ ਬਚ ਕੇ ਨਿਕਲ ਗਏ। ਇਹ ਵੀ ਉਸ ਹਾਲਤ ਵਿੱਚ ਜਦੋਂ ਪਿੰਡ ਵਿੱਚ 2 ਸੁਰੱਖਿਆ ਚੌਂਕੀਆਂ ਮੌਜੂਦ ਸਨ ਅਤੇ ਪੁਲਿਸ ਦਾ ਮੁੱਖ ਕੇਂਦਰ ਤਰਨ ਤਾਰਨ ਪਿੰਡ ਤੋਂ ਸਿਰਫ 10 ਕਿਲੋਮੀਟਰ ਦੇ ਫਾਸਲੇ ਉੱਤੇ ਹੈ। ਸੂਈਆ ਅਮਲਾ ਫੈਲਾ ਕਿੱਥੇ ਸੀ? ਗੁੱਸੇ ਅਤੇ ਫਿਕਰ ਦੇ ਲਹਿਜੇ ਵਿੱਚ ਗਵਰਨਰ ਨੇ ਕਿਹਾ। ਸਰ, ਚਲਾਕ ਅਤੇ ਅਡੋਲ IG ਛੱਤਰਪਾਲ ਨੇ ਕਹਿਣਾ ਸ਼ੁਰੂ ਕੀਤਾ ਕਿ ਸਾਨੂੰ ਅਗਾਉਂ ਜਾਣਕਾਰੀ ਸੀ। 2 ਦਿਨ ਪਹਿਲਾਂ ਹੀ ਮੱਖਣ ਸਿੰਘ ਮੰਡ ਅਤੇ ਹਾਕਮ ਸਿੰਘ ਦੇ ਟੋਲਿਆਂ ਦੇ ਖਿਲਾਫ ਇਲਾਕੇ ਵਿੱਚ ਆਪਰੇਸ਼ਨ ਕੀਤਾ ਗਿਆ ਸੀ। ਨਕਸ਼ੇ ਅਤੇ ਚਾਰਟ ਲੈ ਕੇ ਆਓ, ਉਸਨੇ ਆਪਣੇ ਮਾਤਹਿੱਤਾਂ ਨੂੰ ਬੁਲਾਇਆ। ਚਾਰਟ ਅਤੇ ਨਕਸ਼ੇ ਟੇਬਲ ਉੱਤੇ ਵਿਛਾਏ ਗਏ ਅਤੇ ਗਵਰਨਰ ਨੂੰ ਦੱਸਿਆ ਗਿਆ ਕਿ ਪਹਿਲਾਂ ਤੋਂ ਚੱਲ ਰਹੇ ਆਪਰੇਸ਼ਨਾਂ ਦੇ ਮੱਦੇਨਜ਼ਰ ਖਾੜਕੂ ਕਿਸੇ ਵੀ ਹਾਲਤ ਵਿੱਚ ਪਿੰਡ ਵਿੱਚ ਕਿਸੇ ਅੰਦਰਲੇ ਬੰਦੇ ਦੀ ਪੂਰੀ ਜਾਣਕਾਰੀ ਦੇ ਬਗੈਰ ਦਾਖਲ ਨਹੀਂ ਹੋ ਸਕਦੇ। IG ਨੇ ਅੱਖਾਂ ਵਿੱਚ ਭੇਦ ਲਿਆਉਂਦੇ ਹੋਏ ਕਿਹਾ ਵੀ ਸਰ, ਅਸੀਂ ਇੱਕ ਅਹਿਮ ਬੰਦੇ ਨੂੰ ਫੜਿਆ ਜੋ ਕਿ ਫੌਜ ਦਾ ਭਗੌੜਾ ਹੈ ਅਤੇ ਜੋ ਗੈਂਗ ਦੀ ਅਗਵਾਈ ਕਰ ਰਿਹਾ ਸੀ, ਅਤੇ ਉਹ ਦਾਅਵਾ ਕਰ ਰਿਹਾ ਕਿ ਉਹ ਵੱਡੇ ਟਰਾਂਸਪੋਰਟਰ ਜਸਵੰਤ ਸਿੰਘ ਦਾ ਭਾਣਜਾ ਹੈ। ਉਹੀ ਮੁੱਖ ਕੜੀ ਹੈ। ਦਰਅਸਲ ਸਰ, ਉਸ ਨੂੰ ਸਾਡੇ SSP ਸੈਣੀ ਨੇ ਰੰਗੇ ਹੱਥੀਂ ਆਪ ਫੜਿਆ। ਹਰ ਕੋਈ ਇਸ ਪ੍ਰਾਪਤੀ ਨੂੰ ਜਾਣ ਕੇ ਖੁਸ਼ ਸੀ। ਗਵਰਨਰ ਨੇ ਕਿਹਾ ਵੀ ਮੈਂ ਦੁਪਹਿਰ ਦੇ ਖਾਣੇ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਾਂਗਾ, ਉਸ ਦਾ ਪ੍ਰਬੰਧ ਕਰੋ। ਦੁਪਹਿਰ ਦਾ ਖਾਣਾ ਜਿਵੇਂ ਕਿ ਰਾਤ ਦੇ ਮੁਖੀ ਲਈ ਚਾਹੀਦਾ ਸੀ, ਹਰ ਤਰ੍ਹਾਂ ਨਾਲ ਭਰਪੂਰ ਸੀ ਅਤੇ ਇਸ ਨੂੰ ਮੋਹਨ ਇੰਟਰਨੈਸ਼ਨਲ ਹੋਟਲ ਵੱਲੋਂ ਤਿਆਰ ਕੀਤਾ ਗਿਆ ਸੀ। ਗਵਰਨਰ ਨੇ ਨੀਂਦ ਦਾ ਟੌਂਕਾ ਲਾਉਣ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰੈਸ ਕਾਨਫਰੰਸ ਵਿੱਚ ਚਾਹ, ਕੌਫੀ, ਬਿਸਕੁਟ, ਕਾਜੂ, ਅੰਮ੍ਰਿਤਸਰ ਦੀਆਂ ਮਸ਼ਹੂਰ ਜਲੇਬੀਆਂ ਆਦਿ ਸਭ ਕੁਝ ਵਰਤਾਈਆਂ ਗਈਆਂ। ਕੈਮਰਿਆਂ ਦੀਆਂ ਰੌਸ਼ਨੀਆਂ ਅੱਖਾਂ 'ਚੋਂ ਦੇ ਆ ਰਹੀਆਂ ਸਨ।
ਮੀਡੀਆ ਦੇ ਦੋਸਤੋਂ ਗਵਰਨਰ ਰਸਮੀ ਤੌਰ 'ਤੇ ਗੰਭੀਰਤਾ ਨਾਲ ਬੋਲਿਆ, ਸ਼ਾਇਦ ਤੁਸੀਂ ਰਾਮਪੁਰ ਕਲਾਂ ਦੇ ਘਨੌੜੇ ਕਾਰਨਾਮੇ ਬਾਰੇ ਸੁਣਿਆ ਹੋਵੇਗਾ। ਦਰਅਸਲ ਖਾੜਕੂ ਭਾਰੀ ਅਸਲੇ ਅਤੇ ਹਥਿਆਰਾਂ ਨਾਲ ਪਾਕਿਸਤਾਨ ਤੋਂ ਆ ਕੇ ਇਸ ਇਲਾਕੇ ਵਿੱਚ ਲੁਕੇ ਹੋਏ ਸਨ। BSF ਦੀ ਗਸ਼ਤੀ ਪਾਰਟੀ ਉੱਤੇ 2 ਵਾਰ ਘਾਤ ਲਾ ਕੇ ਹਮਲਾ ਕੀਤਾ ਜਾ ਚੁੱਕਾ ਸੀ। ਇਸ ਹਮਲੇ ਵਿੱਚ 2 ਖਾੜਕੂ ਮਾਰੇ ਗਏ ਅਤੇ ਬਾਕੀਆਂ ਨੇ ਮੰਡ ਵਿੱਚ ਜਾ ਕੇ ਸਿਰ ਲੁਕਾ ਲਿਆ। ਖਾੜਕੂਆਂ ਦਾ ਇੱਕ ਗਰੁੱਪ ਉੱਤਰ ਵੱਲ ਜਾ ਰਿਹਾ ਸੀ, ਪਰ ਇੱਕ ਗੱਦਾਰ ਨੇ ਜੋ ਕਿ ਫੌਜ ਦਾ ਭਗੌੜਾ ਜਾਪਦਾ ਹੈ ਉਹਨਾਂ ਨੂੰ ਪਿੰਡ ਵੱਲ ਲਿਆਇਆ ਤਾਂ ਕਿ ਲੁੱਟਮਾਰ ਕੀਤੀ ਜਾ ਸਕੇ। ਖਾੜਕੂਆਂ ਨੇ ਜਿਨ੍ਹਾਂ ਨੂੰ ਮੈਂ ਮੁਜਰਮ ਕਹਿਣਾ ਪਸੰਦ ਕਰਾਂਗਾ, 3 ਪੁਲਿਸ ਵਾਲਿਆਂ ਅਤੇ 2 ਹੋਮਗਾਰਡ ਸਣੇ 10 ਵਿਅਕਤੀਆਂ ਨੂੰ ਕਤਲ ਕਰ ਦਿੱਤਾ ਅਤੇ 40 ਘਰਾਂ ਨੂੰ ਲੁੱਟਿਆ। ਮੀਡੀਏ ਵਾਲਿਆਂ ਵਿੱਚੋਂ ਕਿਸੇ ਨੇ ਹੱਥ ਖੜਾ ਕੀਤਾ। ਗਵਰਨਰ ਨੇ ਧਿਆਨ ਨਾਲ ਉਸ ਵੱਲ ਕਰਕੇ ਪੁੱਛਿਆ ਵੀ ਹਾਂ ਤੁਹਾਡਾ ਕੀ ਸਵਾਲ ਹੈ? ਸਰ, PTI ਦੀ ਨੁਮਾਇੰਦਗੀ ਕਰਨ ਵਾਲੇ ਨੌਜਵਾਨ ਪੱਤਰਕਾਰ ਦੀਪਕ ਕੁਮਾਰ ਨੇ ਕਿਹਾ ਵੀ ਸਾਡੇ ਸੂਤਰਾਂ ਦਾ ਕਹਿਣਾ ਹੈ ਵੀ 60 ਵਿਅਕਤੀ ਮਾਰੇ ਗਏ ਨੇ ਅਤੇ ਇਹ ਹਮਲਾ ਯੋਜਨਾਬੱਧ ਢੰਗ ਨਾਲ ਹਿੰਦੂਆਂ ਦੇ ਪਿੰਡ ਉੱਤੇ ਕੀਤਾ ਗਿਆ ਸੀ। ਸਰ, BBC ਲਈ ਸਟ੍ਰਿੰਗਲ ਦੇ ਤੌਰ 'ਤੇ ਕੰਮ ਕਰਦੇ ਕਾਬਲ ਸਿੰਘ ਨੇ ਆਵਾਜ਼ ਨੂੰ ਥੋੜ੍ਹਾ ਉੱਚਾ ਕਰਕੇ ਕਿਹਾ ਵੀ ਮੇਰੇ ਕੋਲ ਪੱਕੀ ਜਾਣਕਾਰੀ ਹੈ ਕਿ 60 ਵਿਅਕਤੀ ਮਾਰੇ ਗਏ ਨੇ। ਤੁਸੀਂ ਕਿਰਪਾ ਕਰਕੇ ਪੱਤਰਕਾਰਾਂ ਨੂੰ ਪਿੰਡ ਦਾ ਦੌਰਾ ਕਰ ਲੈਣ ਦਿਓ। ਫੌਜੀ ਭਗੌੜਾ ਜੋ ਤੁਸੀਂ ਸਾਨੂੰ ਦਿਖਾਇਆ ਹੈ ਉਹ ਪਿੰਡ ਦੇ ਉੱਘੇ ਵਪਾਰੀ ਜਸਵੰਤ ਸਿੰਘ ਦਾ ਅਸਲੀ ਭਾਣਜਾ ਹੈ। IG ਨੇ ਦਖਲ ਅੰਦਾਜ਼ੀ ਕੀਤੀ, ਕਹਿੰਦਾ ਵੀ ਮੈਨੂੰ ਤੈਨੂੰ ਪਿੰਡ ਵਿੱਚ ਲਿਜਾ ਕੇ ਖੁਸ਼ੀ ਹੋਵੇਗੀ, ਪਰ ਕਿਉਂਕਿ ਖਾੜਕੂਆਂ ਦੇ ਗੈਂਗ ਨੂੰ ਫੜਨ ਲਈ ਆਪਰੇਸ਼ਨ ਅਜੇ ਚੱਲ ਰਿਹਾ, ਇਸ ਕਰਕੇ ਮੈਨੂੰ ਤੁਹਾਡੀ ਸੁਰੱਖਿਆ ਦਾ ਫਿਕਰ ਹੈ। ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਤੁਹਾਨੂੰ ਮੌਕਾ ਦੇਖਣ ਲਈ ਲੈ ਕੇ ਜਾਵਾਂਗਾ। ਅਸੀਂ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੇ, ਪਰ ਹੁਣ ਮੇਰੇ ਨਾਲ ਆਓ ਅਤੇ ਹਥਿਆਰਾਂ ਸਣੇ ਫੜੇ ਗਏ ਕੁਝ ਖਾੜਕੂਆਂ ਨੂੰ ਵੇਖੋ। ਪੱਤਰਕਾਰ IG ਦੇ ਪਿੱਛੇ ਪਿੱਛੇ ਉਸ ਥਾਂ ਤੱਕ ਗਏ ਜਿੱਥੇ ਕਿ ਹਥਿਆਰਾਂ ਦੇ ਪਿੱਛੇ ਦਲਬੀਰ ਸਿੰਘ ਅਤੇ ਹੋਰ ਪਿੰਡ ਵਾਲਿਆਂ ਨੂੰ ਖੜਾ ਕੀਤਾ ਗਿਆ ਸੀ। IG ਨੇ ਦਲਬੀਰ ਵੱਲ ਇਸ਼ਾਰਾ ਕੀਤਾ ਵੀ ਇਹ ਹੈ ਦਲਬੀਰ ਫੌਜੀ ਭਗੌੜਾ, ਮੈਂ ਇਸ ਨੂੰ ਰੰਗੇ ਹੱਥੀ ਫੜਿਆ। ਉਸੇ ਰਾਤ ਦਲਬੀਰ ਸਿੰਘ ਡਾਲਾ, ਜਿਸ 'ਤੇ ਖਾੜਕੂ ਹੋਣ ਦੀ ਹੁਣ ਤੱਕ ਮੋਹਰ ਲੱਗ ਚੁੱਕੀ ਸੀ, ਉਸ ਨੂੰ ਕਿਸੇ ਅਣਦੱਸੀ ਥਾਂ 'ਤੇ ਲਿਜਾਇਆ ਗਿਆ। ਟੈਲੀਵਿਜ਼ਨ ਦੇ ਸ਼ਾਮ ਦੇ ਬੁਲਟਨ ਵਿੱਚ ਪਿੰਡ ਰਾਮਪੁਰਾ ਕਲਾਂ ਦੀ ਪੁਲਿਸ ਕਾਰਵਾਈ ਦੀ ਖਬਰ ਪੂਰੇ ਵੇਰਵੇ ਨਾਲ ਦਿੱਤੀ ਗਈ। ਦਲਬੀਰ ਦੀ ਫੋਟੋ ਵੀ ਸਕਰੀਨ ਉੱਤੇ ਦਿਖਾਈ ਗਈ ਅਤੇ ਦਾਅਵਾ ਵੀ ਕੀਤਾ ਗਿਆ ਕਿ ਉਹ ਇੱਕ ਫੌਜੀ ਭਗੌੜਾ ਹੈ ਅਤੇ ਇੱਕ ਉੱਘਾ ਖਾੜਕੂ ਵੀ ਹੈਗਾ। ਸਭ ਤੋਂ ਪਹਿਲਾਂ ਲਾਜੋ ਨੇ ਜਲੰਧਰ ਦੂਰਦਰਸ਼ਨ ਦਾ ਪੰਜਾਬੀ ਬੁਲਟਨ ਦੇਖਿਆ, ਇਸ ਤੋਂ ਪਹਿਲਾਂ ਕਿ ਉਹ ਆਪਣੀ ਮਾਂ ਨੂੰ ਬੁਲਾਉਂਦੀ ਖਬਰ ਲੰਘ ਚੁੱਕੀ ਸੀ। ਸੁਣ ਕੇ ਸਤਿਕਾਰ ਸੁੰਨ ਹੋ ਗਈ, ਉਹ ਗੁਆਂਢੀਆਂ ਵੱਲ ਭੱਜੀ। ਉਹ ਪੂਰੇ ਟੱਬਰ ਨੂੰ ਸਿਰਸਾ ਲਿਜਾਣ ਲਈ ਟਰੱਕ ਲੈ ਕੇ ਆਉਣ ਲਈ ਮਾਮਾ ਜੀ ਕੋਲ ਗਿਆ ਹੋਇਆ ਸੀ। ਉਹ ਭਗੌੜਾ ਨਹੀਂ ਸੀਗਾ, ਅਸੀਂ ਉਹਨਾਂ ਨੂੰ ਛੁੱਟੀ 'ਤੇ ਬੁਲਾਇਆ ਹੋਇਆ ਸੀ। ਸਤਿਕਾਰ ਬੋਲੀ, ਉਸ ਨੂੰ ਹਾਲੇ ਜਸਵੰਤ ਅਤੇ ਉਸਦੀ ਹੋਣੀ ਦਾ ਪਤਾ ਨਹੀਂ ਸੀ ਲੱਗਾ। ਲਾਜੋ ਨੂੰ ਸੁੱਖ ਪ੍ਰਕਾਸ਼ ਦੇ ਘਰ ਛੱਡ ਸਤਿਕਾਰ ਅਤੇ ਸੁਰਜੀਤ ਨੇ ਇੱਕ ਟੈਕਸੀ ਲਈ ਅਤੇ ਰਾਮਪੁਰਾ ਕਲਾਂ ਵਿੱਚ ਚਲੇ ਗਏ। ਸਤਿਕਾਰ ਨੇ ਸੋਚਿਆ ਸੀ ਕਿ ਸ਼ਾਇਦ ਜਸਵੰਤ ਸਿੰਘ ਉਹਨਾਂ ਦੀ ਕੋਈ ਮਦਦ ਕਰ ਸਕੇ। 40 ਮਿੰਟ ਦੇ ਸਫ਼ਰ ਦੌਰਾਨ ਸਿਰਫ ਡਰਾਈਵਰ ਦੀਆਂ ਆਪੋ ਆਪ ਕੀਤੀਆਂ ਟਿੱਪਣੀਆਂ ਹੀ ਚੁੱਪ ਨੂੰ ਤੋੜ ਰਹੀਆਂ ਸਨ। ਡਰਾਈਵਰ ਬਾਰ ਬਾਰ ਲੋਕਾਂ ਦੀ ਬੇਵਸੀ ਬਾਰੇ ਅਤੇ ਪੰਜਾਬ ਵਿੱਚ ਖਾੜਕੂਵਾਦ ਇੱਕ ਸਨਅਤ ਬਣ ਜਾਣ ਬਾਰੇ ਟਿੱਪਣੀਆਂ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਵੀ ਖਾੜਕੂ ਜਬਰੀ ਉਗਰਾਹੀ ਕਰ ਰਹੇ ਨੇ, ਲੋਕਾਂ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਕਰ ਰਹੇ ਨੇ ਅਤੇ ਔਰਤਾਂ ਦੀਆਂ ਇੱਜ਼ਤਾਂ ਲੁੱਟ ਰਹੇ ਨੇ। ਉਸਦਾ ਕਹਿਣਾ ਸੀ ਕਿ ਪੁਲਿਸ ਅਕਸਰ ਮਾਸੂਮ ਮੁੰਡਿਆਂ ਨੂੰ ਚੁੱਕ ਲੈਂਦੀ ਹੈ ਅਤੇ ਉਹਨਾਂ ਨੂੰ ਰਿਹਾਅ ਕਰਨ ਬਦਲੇ ਮੋਟੀਆਂ ਰਕਮਾਂ ਮੰਗੀਆਂ ਜਾਂਦੀਆਂ ਨੇ, ਨਹੀਂ ਤਾਂ ਉਹਨਾਂ ਨੂੰ ਮਾਰ ਮੁਕਾਇਆ ਜਾਂਦਾ ਹੈ। ਮਾਰਨ ਤੋਂ ਬਾਅਦ ਉਹਨਾਂ ਉੱਤੇ ਇੱਕ ਮੋਹਰ ਲਾ ਦਿੱਤੀ ਜਾਂਦੀ ਹੈ ਕਿ ਉਹ ਖਾੜਕੂ ਸਨ। ਸਤਿਕਾਰ ਨੂੰ ਇਹ ਸਭ ਪਤਾ ਸੀ, ਪਰ ਉਹ ਇਸ ਵਕਤ ਡਰਾਈਵਰ ਦੇ ਭਾਸ਼ਣ ਵਿੱਚ ਦਿਲਚਸਪੀ ਨਹੀਂ ਸੀ ਰੱਖਦੀ। ਉਸ ਨੂੰ ਗੁੱਸਾ ਆ ਰਿਹਾ ਸੀ। ਇੱਕ ਪੁਲਿਸ ਨਾਕੇ ਉੱਤੇ ਟੈਕਸੀ ਰੁਕ ਗਈ। ਤੁਸੀਂ ਕਿੱਥੇ ਜਾਣਾ ਹੈ? ਰਾਈਫਲ ਸਿੱਧੀ ਕਰਕੇ ਪੁਲਿਸ ਵਾਲੇ ਨੇ ਪੁੱਛਿਆ। ਸਤਿਕਾਰ ਟੈਕਸੀ ਤੋਂ ਬਾਹਰ ਆਈ ਅਤੇ ਜਵਾਬ ਦਿੱਤਾ ਵੀ ਰਾਮਪੁਰ ਕਲਾਂ, ਤੁਸੀਂ ਉੱਥੇ ਨਹੀਂ ਜਾ ਸਕਦੇ, ਅਸੀਂ ਜਸਵੰਤ ਸਿੰਘ ਦੇ ਘਰ ਜਾਣਾ ਹੈ, ਉਹ ਮੇਰਾ ਨਾਨਾ ਹੈ। ਸੁਰਜੀਤ ਨੇ ਸਿਪਾਹੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਅਜਿਹੀ ਇਜਾਜ਼ਤ ਨਹੀਂ ਹੈਗੀ ਅਤੇ ਨਾ ਹੀ ਸਾਨੂੰ ਕੋਈ ਜਾਣਕਾਰੀ ਹੈ। ਜੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਸਾਡੇ SSP ਜਾਂ ਡਿਪਟੀ ਕਮਿਸ਼ਨਰ ਨੂੰ ਪੁੱਛ ਦੇਖੋ। ਪੁਲਿਸ ਵਾਲਾ ਨਰਮਾਈ ਨਾਲ ਪੇਸ਼ ਆ ਰਿਹਾ ਸੀ, ਪਰ ਸਖ਼ਤ ਸੀ।
ਸਤਕਾਰ ਨੇ ਕੁਝ ਸਮਾਂ ਉਸਦਾ ਮਿੰਤ ਤਰਲਾ ਕੀਤਾ। ਪੁਲਿਸ ਦਾ ਇੱਕ ਸਬ ਇੰਸਪੈਕਟਰ ਆਪਣੇ ਟੈਂਟ ਤੋਂ ਬਾਹਰ ਆਇਆ ਅਤੇ ਉਸਨੇ ਸਤਕਾਰ ਨੂੰ ਸਲਾਹ ਦਿੱਤੀ ਵੀ ਬੀਬੀ ਸਾਨੂੰ ਅਫਸੋਸ ਹੈ ਪਰ ਅਸੀਂ ਹੁਕਮ ਦੀ ਅਦੂਲੀ ਨਹੀਂ ਕਰ ਸਕਦੇ। ਪਰ ਫਿਰ ਵੀ ਤੁਹਾਡਾ ਮਸਲਾ ਕੀ ਹੈ? ਬਜ਼ੁਰਗ ਪੁਲਿਸ ਵਾਲੇ ਨੇ ਹਮਦਰਦੀ ਨਾਲ ਕਿਹਾ। ਸਤਕਾਰ ਨੇ ਉਸਨੂੰ ਦਲਬੀਰ ਦੇ ਛੁੱਟੀ ਆਉਣ ਬਾਰੇ ਅਤੇ ਟਰੱਕ ਲਿਆਉਣ ਲਈ ਰਾਮਪੁਰ ਕਲਾਂ ਜਾਣ ਬਾਰੇ ਅਤੇ ਉਸਨੂੰ ਖਾੜਕੂ ਅਤੇ ਫੌਜੀ ਭਗੌੜਾ ਕਹਿ ਕੇ ਚੁੱਕੇ ਜਾਣ ਬਾਰੇ ਸਾਰੀ ਜਾਣਕਾਰੀ ਦੱਸੀ। ਹੁਣ ਉਹ ਤਰਲੇ ਕਰਦੀ ਹੋਈ ਰੋ ਰਹੀ ਸੀ। ਸਬ ਇੰਸਪੈਕਟਰ ਨੇ ਹੱਥ ਜੋੜੇ ਅਤੇ ਕਿਹਾ ਵੀ ਬੀਬੀ ਜੀ, ਮੈਂ ਤੁਹਾਡੀ ਗੱਲ ਨੂੰ ਸਮਝਦਾ ਪਰ ਜੇ ਤੁਹਾਨੂੰ ਹੋਰ ਜਾਣਕਾਰੀ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਅੰਮ੍ਰਿਤਸਰ ਜਾਣਾ ਪਵੇਗਾ। SSP ਦਾ ਰੀਡਰ ਮੇਰਾ ਮਿੱਤਰ ਹੈ, ਤੁਸੀਂ ਮੇਰੇ ਤੋਂ ਚਿੱਟ ਲਿਖਾ ਕੇ ਲੈ ਜਾਓ, ਉਹ ਤੁਹਾਡੀ ਮਦਦ ਕਰੇਗਾ। ਅੰਮ੍ਰਿਤਸਰ ਲਈ ਵਾਪਸੀ ਦਾ ਸਫ਼ਰ ਬਹੁਤ ਦੁਖਦਾਈ ਅਤੇ ਚੁੱਪਚਾਪ ਸੀ। ਪੂਰੇ ਰਾਹ ਸਤਕਾਰ ਰੋਂਦੀ ਰਹੀ। ਸੁਰਜੀਤ ਰੋ ਤਾਂ ਨਹੀਂ ਸੀ ਰਿਹਾ, ਉਹ ਯੋਜਨਾਬੰਦੀ ਕਰ ਰਿਹਾ ਸੀ ਕਿ ਹੁਣ ਕੀ ਕੀਤਾ ਜਾਵੇ। ਮਾਂ, ਸਾਨੂੰ ਪਹਿਲਾਂ ਨਾਨੇ ਦੀ ਦੁਕਾਨ 'ਤੇ ਚੱਲਣਾ ਚਾਹੀਦਾ ਹੈ, ਸ਼ਾਇਦ ਉਸਦਾ ਮੈਨੇਜਰ ਸਾਨੂੰ SSP ਨੂੰ ਮਿਲਾ ਦੇਵੇ। ਵਿਚਾਰ ਮਾੜਾ ਨਹੀਂ ਸੀਗਾ, ਉਹ ਜਸਵੰਤ ਸਿੰਘ ਦੀ ਟਰਾਂਸਪੋਰਟ ਦੇ ਦਫ਼ਤਰ ਵਿੱਚ ਆ ਗਏ। ਮੈਨੇਜਰ ਕਰਨੈਲ ਸਿੰਘ ਨੇ ਆਮ ਵਾਂਗ ਕਾਲੀ ਪੱਗ ਬੰਨ੍ਹੀ ਹੋਈ ਸੀ ਅਤੇ ਦਾੜ੍ਹੀ ਖੁੱਲ੍ਹੀ ਛੱਡੀ ਹੋਈ ਸੀ। ਉਸਨੇ ਪੁੱਛਿਆ ਵੀ ਬੀਬੀ ਕੀ ਹੋਇਆ, ਤੁਸੀਂ ਇੱਥੇ ਕਿਉਂ ਆਏ ਹੋ, ਮਾਲਕ ਤਾਂ ਅੱਜ ਆਇਆ ਨਹੀਂ। ਉਹ ਜਿਸ ਤਰ੍ਹਾਂ ਪੇਸ਼ ਆ ਰਿਹਾ ਸੀ ਉਸ ਤੋਂ ਲੱਗ ਰਿਹਾ ਸੀ ਕਿ ਉਹ ਕੁਝ ਛੁਪਾ ਰਿਹਾ ਸੀ। ਦਰਅਸਲ ਉਸਨੂੰ ਰਾਮਪੁਰ ਕਲਾਂ ਵਿੱਚ ਖਾੜਕੂਆਂ ਦੇ ਹਮਲੇ ਬਾਰੇ ਦਰਬਾਰ ਸਾਹਿਬ ਤੋਂ ਪੂਰੀ ਜਾਣਕਾਰੀ ਮਿਲ ਚੁੱਕੀ ਸੀ ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਜਸਵੰਤ ਦਾ ਕੀ ਹੋਇਆ। ਪਰ ਉਹ ਚਾਹੁੰਦਾ ਸੀ ਕਿ ਉਹ ਮਾਰਿਆ ਗਿਆ ਹੋਵੇ। ਇਸ ਤਰ੍ਹਾਂ ਉਸਨੂੰ ਜਸਵੰਤ ਸਿੰਘ ਦੇ ਲੰਬੇ ਚੌੜੇ ਕਾਰੋਬਾਰ 'ਤੇ ਕਬਜ਼ਾ ਕਰਨ ਤੋਂ ਕੋਈ ਨਹੀਂ ਸੀ ਰੋਕ ਸਕਦਾ। ਸਤਕਾਰ ਨੇ ਰੋਂਦੇ ਹੋਏ ਪੂਰੀ ਕਹਾਣੀ ਦੱਸੀ। ਵਾਹਿਗੁਰੂ, ਕਰਨੈਲ ਨੇ ਹੌਂਕਾ ਲਿਆ, ਇਹ ਕਿਵੇਂ ਹੋ ਸਕਦਾ ਹੈ? ਤੁਸੀਂ ਪਾਣੀ ਪੀਓ, ਮੈਂ ਤੁਹਾਡੇ ਨਾਲ ਚੱਲਦਾ। ਦੋਸਤੋ, ਇਹ ਸੀ ਸੁਰਜੀਤ ਦੀ ਜ਼ਿੰਦਗੀ ਦਾ ਭਾਗ 4 ਅਤੇ ਭਾਗ 5 ਵਿੱਚ ਕੀ ਬੀਤੀ ਉਹਨਾਂ ਵਿਚਾਰਿਆਂ ਨਾਲ, ਉਹਦੇ ਬਾਰੇ ਗੱਲਬਾਤ ਕੱਲ੍ਹ ਕਰਾਂਗੇ। ਸੋ ਹੁਣ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।